ਵੀਲੇ ਪਿੰਡ ਤੋਂ ਜੋਧਪੁਰ 1.5 ਮੀਲ ਦੀ ਵਿੱਥ 'ਤੇ ਸੀ ਅਤੇ ਜੋਧਪੁਰ ਤੋਂ ਵੀਲੇ ਵੱਲ ਨੂੰ ਨਿਕਲਵਾਂ ਖਾਲਸਾ ਹਾਈ ਸਕੂਲ ਸੀ ਜਿਹੜਾ ਨਰਿੰਦਰਪਾਲ ਸਿੰਘ ਜਗੀਰਦਾਰ ਦੀ ਆਨਵਾ ਪੈਲੀ ਵਿੱਚ ਪਾਇਆ ਹੋਇਆ ਸੀ। ਚਰਨ ਦਾ ਅੱਧਾ ਪਿੰਡ ਜਗੀਰਦਾਰ ਦੀ ਮਲਕੀਅਤ ਸੀ। ਜੋਧਪੁਰ ਵਿੱਚ ਵੀ ਉਹ ਕਾਫੀ ਜ਼ਮੀਨ ਦਾ ਮਾਲਕ ਸੀ। ਹਾਈ ਸਕੂਲ ਦੀ ਕੱਚੀ ਪੱਕੀ ਬਿਲਡਿੰਗ ਕੋਲ ਚਰਨ ਨੂੰ ਸੂਰਜ ਨਿਕਲ ਆਇਆ। ਉਸ ਦੀਆਂ ਤੇਜ਼ ਕਦਮਾਂ ਰੇਤਲੇ ਪਹਿਰ ਨੂੰ ਚੀਰ ਰਹੀਆਂ ਸਨ। ਕਾਗਜ਼ ਪੈਨਸਲ ਉਸਦੇ ਹੱਥ ਵਿੱਚ ਸਨ। ਉਸਦੇ ਦਿਲ ਦਿਮਾਗ ਦਾ ਜੋਸ਼ ਨਾਲ ਨਾਲ ਕਵਿਤਾ ਦੇ ਬੰਦ ਵੀ ਸੋਚਦਾ ਜਾ ਰਿਹਾ ਸੀ ਜਿਹੜੇ ਉਹ ਸ਼ਹੀਦ ਬਾਬੇ ਦੀ ਅਰਥੀ ਨਾਲ ਕਹਿ ਸਕਦਾ। ਜਦੋਂ ਉਹ ਬਾਬੇ ਦੇ ਘਰ ਅੱਗੇ ਆਇਆ ਗਲੀ ਵਿੱਚ ਅਣਗਿਣਤ ਲੋਕ ਦੋਹੀ ਪਾਸੀ ਉਂਦੀ ਪਾਈ ਬੈਠੇ ਸਨ। ਸਮੇਂ ਦੀ ਹਕੂਮਤ 'ਤੇ ਗਿਲਾ ਕਰ ਰਹੇ ਅਤੇ ਕਾਤਲ ਨਿਜ਼ਾਮ ਨੂੰ ਰੋ ਰਹੇ ਸਨ। ਇਸ ਤੋਂ ਵੀ ਵੱਧ ਉਹਨਾਂ ਦੇ ਅੰਦਰ ਦੀ ਚਰਬੀ ਅਤੇ ਲਹੂ ਲਾਵਾ ਬਣ ਕੇ ਸਮਾਜ ਦਾ ਹਰ ਗਲਤ ਅੰਗ ਸਾੜ ਸੁੱਟਣਾ ਚਾਹੁੰਦੇ ਸਨ ਅਤੇ ਕੁਦਰਤ ਦੇ ਹਰ ਪ੍ਰਤੀਕਰਮ ਨੂੰ ਹਮੇਸ਼ਾ ਲਈ ਖਤਮ ਕਰ ਦੇਣ ਦੀ ਪ੍ਰਤਿਗਿਆ ਕਰ ਰਹੇ ਸਨ। ਲੋਕਾਂ ਦੇ ਸਿਰ ਜੁੜ ਰਹੇ ਸਨ। ਹੱਥਾਂ ਦੀਆਂ ਕੰਘੀਆਂ ਮਜ਼ਬੂਤ ਅਤੇ ਇਰਾਦੇ ਤੇਜ਼ ਹਥਿਆਰਾਂ ਵਾਂਗ ਵਹਿ ਨਿਕਲਣਾ ਚਾਹੁੰਦੇ ਸਨ। ਲੋਕਾਂ ਦੇ ਵਿਚਕਾਰ ਆ ਕੇ ਚਰਨ ਦੀ ਛਾਤੀ ਹੁੰਗਾਰ ਉੱਠੀ। ਉਸਨੂੰ ਡੂੰਘੇ ਸਾਹ ਆ ਰਹੇ ਸਨ। ਭਾਵੇਂ ਉਸਦੀ ਛਾਤੀ ਵਿੱਚ ਫੌਲਾਦ ਢਲ ਰਿਹਾ ਸੀ ਪਰ ਉਸਦੀਆਂ ਲੱਤਾਂ ਥੜਕ ਗਈਆਂ। ਦਲਾਨ ਦੀ ਉੱਚੀ ਛੱਤ 'ਤੇ ਕਿਸਾਨੀ ਝੰਡਾ ਨੀਵਾਂ ਸੀ। ਸਾਰਾ ਦਲਾਨ ਅੰਦਰੋਂ ਔਰਤਾਂ ਨਾਲ ਭਰਿਆ ਪਿਆ ਸੀ। ਵਿਚਕਾਰ ਬਾਬੇ ਦੀ ਅਰਥੀ ਸਫੈਦ ਚਾਦਰੇ ਵਿੱਚ ਢੱਕੀ ਪਈ ਸੀ। ਜਨਾਨੀਆਂ ਵਾਰ ਵਾਰ ਮੂੰਹ ਤੋਂ ਕੱਪੜਾ ਲਾ ਕੇ ਦਰਸ਼ਨ ਕਰ ਰਹੀਆਂ ਸਨ। ਸਿਰਹਾਣੇ ਵੀ ਦੋ ਝੰਡੇ ਇੱਕ ਦੂਜੇ ਨੂੰ ਗਲਵਕੜੀ ਪਾਈ ਨੀਵੇਂ ਸਨ। ਚਰਨ ਦੇ ਬੁੱਲ ਫਰਕ ਗਏ ਅਤੇ ਉਹਦੀਆਂ ਅੱਖਾਂ ਪਾਣੀ ਨਾਲ ਨੱਕੋ ਨੱਕ ਭਰ ਗਈਆਂ। ਪਰ ਉੱਥੇ ਬਹੁਤ ਘੱਟ ਲੋਕ ਰੋ ਰਹੇ ਸਨ, ਸਗੋਂ ਹਰੇਕ ਦੀਆਂ ਅੱਖਾਂ ਵਿੱਚ ਬਦਲੇ ਦੀ ਭਾਵਨਾ ਚੰਗਿਆੜੀ ਵੱਲ ਉੱਠੀ ਸੀ। ਲੰਮੇ ਹੌਂਕਿਆਂ ਨਾਲ ਕੁਝ ਇੱਕ ਵਾਹਿਗੁਰੂ ਦੀਆਂ ਠੰਡੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਦੋ ਪਲ ਪੈਰ ਮਲ ਕੇ ਅਗਾਂਹ ਵਿਹੜੇ ਵਿੱਚ ਚੱਲਿਆ ਗਿਆ ਜਿਹੜਾ ਸਾਰਾ ਹੀ ਮਰਦਾਂ ਨਾਲ ਭਰਿਆ ਪਿਆ ਸੀ। ਇੱਥੇ ਕੁਝ ਗੱਲਾਂ ਹੋ ਰਹੀਆਂ ਸਨ। ਲਾਸ਼ ਲਿਆਉਣ ਵਾਲਿਆਂ ਬੜੀ ਦਲੇਰੀ ਕੀਤੀ, ਇਹ ਪਾਰਟੀ ਦਾ ਫਰਜ਼ ਸੀ, ਜਾਨ ਹੂਲ ਕੇ ਵੀ ਕਾਮਯਾਬ ਹੁੰਦੀ। ਫਿਰ ਵੀ ਸ਼ਹਿਰਾਂ ਵਿੱਚ ਦੀ ਅਤੇ ਥਾਣਿਆਂ ਅੱਗੋਂ ਦੀ ਆਉਣਾ ਮਾਮੂਲੀ ਗੱਲਾਂ ਨਹੀਂ ਸੀ। ਚਰਨ ਇਹਨਾਂ ਗੱਲਾਂ ਤੋਂ ਬੇਧਿਆਨ ਇੱਕ ਖੂੰਜੇ ਖੁਰਲੀ ਵਿੱਚ ਬੈਠ ਗਿਆ। ਉਸਦੇ ਸਿਰ 'ਤੇ ਢਾਰੇ ਦੀ ਛੱਤ ਸੀ ਜਿਸ ਵਿੱਚ ਦੀ ਅਸਮਾਨ ਦੇ ਚੀਰਵੇਂ ਟੁਕੜੇ ਦਿਸਦੇ ਸਨ। ਉਹ ਭੌਂਦੇ ਖਿਆਲਾਂ ਨੂੰ ਕਵਿਤਾ ਵਿੱਚ ਬੰਨਣ ਦਾ ਸਿਰ ਤੋੜ ਯਤਨ ਕਰ ਰਿਹਾ ਸੀ। 9 ਵਜੇ ਤੱਕ ਸਾਰਿਆਂ ਪਿੰਡਾਂ ਵੱਲੋਂ ਸਾਈਕਲ ਸਵਾਰ ਅਤੇ ਪੈਦਲ ਸੁਨੇਹੇ ਦੇ ਕੇ ਵਾਪਸ ਆ ਗਏ। ਹਰ ਪਲ ਭੀੜ ਵੱਧਦੀ ਹੀ ਜਾ ਰਹੀ ਸੀ। ਫਿਰ ਵੀ ਬਾਹਰਲੇ ਕਿਸਾਨਾਂ ਨੂੰ 1 ਘੰਟਾ ਹੋਰ ਉਡੀਕ ਲਿਆ ਗਿਆ। ਹਰ ਪਿੰਡ ਦਾ ਜੱਥਾ ਝੰਡੇ ਚੁੱਕੀ ਨਾਅਰੇ ਲਾਉਂਦਾ ਲੋਕਾਂ ਦੇ ਸਮੁੰਦਰ ਵਿੱਚ ਇੱਕ ਲਹਿਰ ਵਾਂਗ ਸਮਾ ਜਾਂਦਾ। ਠੀਕ 10 ਵਜੇ ਗੋਲੇ ਦੇ ਧੜੂਕੇ ਨਾਲ ਬਾਬਾ ਜੀ ਦੀ ਆਰਤੀ ਦਾ ਜਲੂਸ ਸ਼ੁਰੂ ਹੋਇਆ ਅਤੇ ਨਾਲ ਹੀ ਲੰਮਾ ਨਾਰਾ ਗੂੰਜਿਆ, ਬਾਬਾ ਕਰਮ ਸਿੰਘ ਜੀ ਜਿੰਦਾਬਾਦ। ਲੋਕ ਇੰਨੇ ਜੋਸ਼ ਨਾਲ ਨਾਅਰੇ ਲਾ ਰਹੇ ਸਨ ਕਿ ਸਰੀਰ ਦੇ ਵਾਲ ਸੂਈਆਂ ਵਾਂਗ ਖਲੋ ਜਾਂਦੇ। ਇਹ ਰੋਸ ਦਾ ਸਾਗਰ ਕਿਸਾਨੀ ਝੰਡਿਆਂ ਦੀ ਛਾਂ ਹੇਠ ਠਾਠਾਂ ਮਾਰਦਾ ਵੱਧਦਾ ਗਿਆ। ਆਲੇ ਦੁਆਲੇ ਦੇ ਮੁਜ਼ਾਰਿਆਂ ਮੋਢਿਆਂ ਉੱਤੇ ਕਿਸਾਨੀ ਸੰਦ ਚੁੱਕੇ ਹੋਏ ਸਨ। ਹਰ ਨਾਰੇ ਦੀ ਲਲਕਾਰ ਨਾਲ ਸੰਦ ਆਪਣੇ ਆਪ ਜੇਤੂ ਬਾਹਾਂ ਵਾਂਗ ਉੱਚੇ ਤਣ ਜਾਂਦੇ। ਖਾਲਸਾ ਹਾਈ ਸਕੂਲ ਦੇ ਵਿਦਿਆਰਥੀ ਹੈੱਡ ਮਾਸਟਰ ਦੇ ਰੋਕਣ 'ਤੇ ਵੀ ਹੜਤਾਲ ਕਰਕੇ ਜਲੂਸ ਵਿੱਚ ਆ ਸ਼ਾਮਲ ਹੋਏ। ਜੋਧਪੁਰ ਦਾ ਕੋਈ ਜੀ ਸਵਾਏ ਕੁਝ 1 ਟੋਡੀਆਂ ਦੇ ਘਰ ਨਹੀਂ ਸੀ ਰਿਹਾ। ਜੋਧਪੁਰ ਨੇ ਆਪਣੀ ਸਾਰੀ ਉਮਰ ਵਿੱਚ ਇੰਨਾ ਵੱਡਾ ਜਲੂਸ ਅਤੇ ਇਕੱਠ ਕਦੇ ਨਹੀਂ ਸੀ ਵੇਖਿਆ। ਸ਼ਹਿਰੋਂ ਸਪੈਸ਼ਲ ਤੌਰ 'ਤੇ ਮੰਗਵਾਇਆ ਫੋਟੋਗ੍ਰਾਫਰ ਵੀ ਆ ਗਿਆ। ਉਸ ਜਲੂਸ ਅਤੇ ਆਰਥੀ ਦੀਆਂ ਕਈ ਫੋਟੋ ਲਈਆਂ। ਇੱਕ ਪਰੇ ਵਿੱਚ ਜਲੂਸ ਕੁਝ ਮਿੰਟਾਂ ਲਈ ਰੁਕ ਗਿਆ ਅਤੇ ਇੱਕ ਕਿਸਾਨ ਆਗੂ ਨੇ ਬਾਬਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੁੜ ਬਾਬੇ ਦੀ ਆਰਥੀ ਨੂੰ ਸਰੋਂ ਦੇ ਫੁੱਲਾਂ ਨਾਲ ਲੱਦ ਦਿੱਤਾ। ਇਸ ਵਾਰ ਚਰਨ ਅਤੇ ਭਰਪੂਰ ਇਕੱਠੇ ਹੋ ਗਏ। ਜਲੂਸ ਫਿਰ ਆਪਣੀ ਰਫਤਾਰ ਨਾਲ ਅਗਾਂਹ ਵਧਣਾ ਸ਼ੁਰੂ ਹੋ ਗਿਆ। ਦੋਹਾਂ ਸਾਥੀਆਂ ਵਿੱਚ ਲੋਹੜੇ ਦਾ ਜੋਸ਼ ਅਤੇ ਉਤਸ਼ਾਹ ਸੀ ਅਤੇ ਉਹਨਾਂ ਦੇ ਚਿਹਰੇ ਲਾਲੀ ਵਿੱਚ ਭਖ ਰਹੇ ਸਨ। ਦੇਖਿਆ ਜਨਤਾ ਦਾ ਉਭਾਰ, ਭਰਪੂਰ ਸਾਰੇ ਜਲੂਸ 'ਤੇ ਇੱਕ ਲੰਮੀ ਝਾਤ ਮਾਰ ਰਿਹਾ ਸੀ। ਹਾਂ, ਅੱਜ ਤਾਂ ਭਾਵੇਂ ਪੁਲਿਸ ਨਾਲ ਸਾਹਮਣੇ ਟੱਕਰ ਹੋ ਜਾਵੇ, ਬਾਬੇ ਦੀ ਲਾਸ਼ ਕਦੇ ਨਾ ਦਈਏ। ਗਰਦ ਨਾਲ ਸਾਰਿਆਂ ਦੇ ਮੂੰਹ ਅਤੇ ਦਾੜੀਆਂ ਭਰ ਗਈਆਂ। ਧੂੜ ਕੋਠਿਆਂ ਦੀਆਂ ਛੱਤਾਂ ਨੂੰ ਚੜ ਰਹੀ ਸੀ ਪਰ ਜ਼ੋਰਦਾਰ ਨਾਰੇ ਧੜਿਆਲੀ ਫਿਜ਼ਾ ਨੂੰ ਤੀਰਾਂ ਵਾਂਗ ਥੀ ਰਹੇ ਸਨ। ਇਹ ਛੱਲਾਂ ਭਰਦਾ ਸਾਗਰ ਪਿੰਡ ਦੀ ਫਿਰਨੀ ਦੁਆਲੇ ਹੌਲਦਾਂ ਮਸਾਨਾ ਵਿੱਚ ਆ ਕੇ ਰੁਕ ਗਿਆ।
ਚਿਤਾ ਨੂੰ ਲਾਂਭੂ ਲਾਇਆ ਗਿਆ। ਇੱਕ ਨੌਜਵਾਨ ਕਿਸਾਨ ਆਗੂ ਨਵੇਂ ਤਰਬਿਆਨੀ ਦੇ ਥੜੇ 'ਤੇ ਖਲੋ ਗਿਆ। ਉਸਦੇ ਸਾਹਮਣੇ ਧੁੱਪ ਪੈਲੀ ਦੇ ਸੱਥਰਾਂ ਵਾਂਗ ਫੈਲੀ ਹੋਈ ਸੀ। ਉਸ ਹੱਥਾਂ ਦੇ ਇਸ਼ਾਰੇ ਨਾਲ ਲੋਕਾਂ ਨੂੰ ਆਪਣੇ ਆਲੇ ਦੁਆਲੇ ਬਹਾ ਲਿਆ। ਇੱਕ ਪਾਸੇ ਔਰਤਾਂ ਇੱਕ ਦੂਜੀ ਨਾਲ ਗੱਲਾਂ ਕਰ ਰਹੀਆਂ ਸਨ। ਨੌਜਵਾਨ ਨੇ ਆਖਿਆ, ਸਾਥੀਓ, ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬਾਬਾ ਜੀ ਦੀ ਜ਼ਿੰਦਗੀ 'ਤੇ ਕੁਝ ਚਾਨਣਾ ਪਾਇਆ ਜਾਵੇ। ਪਿੰਡ ਦੇ ਲੋਕਾਂ ਤੋਂ ਬਿਨਾਂ ਬਾਹਰਲੇ ਪਿੰਡ ਦੇ ਲੋਕ ਵੀ ਆਏ ਹੋਏ ਹਨ, ਜਿਹੜੇ ਬਾਬਾ ਜੀ ਦੀ ਜ਼ਿੰਦਗੀ ਬਾਰੇ ਨਹੀਂ ਜਾਣਦੇ। ਬਾਬਾ ਜੀ ਦੀ ਸਾਰੀ ਜ਼ਿੰਦਗੀ ਲੋਕ ਜੱਦੋ ਜਹਿਦ ਵਿੱਚ ਗੁਜ਼ਰੀ ਹੈ ਅਤੇ ਸਾਡੇ ਲਈ ਉਹ ਇੱਕ ਠੋਸ ਇਤਿਹਾਸਿਕ ਤਜਰਬਾ ਹੈ। ਮੈਂ ਤੁਹਾਨੂੰ ਬਾਬਾ ਜੀ ਦੀ ਮੋਟੀ ਮੋਟੀ ਜੀਵਨੀ ਉਹਨਾਂ ਦੀ ਆਪਣੀ ਜ਼ੁਬਾਨੀ ਸੁਣਾਉਣਾ ਚਾਹੁੰਦਾ ਹਾਂ। ਸਾਰੇ ਚੁੱਪ ਵਰਤ ਗਈ। ਸਾਹਾਂ ਵਿੱਚ ਵਾਹਿਗੁਰੂ ਦੀ ਆਵਾਜ਼ ਖੁੱਲ੍ਹੀ ਹੋਈ ਸੀ। ਚਿਤਾ ਦੀਆਂ ਸੂਹੀਆਂ ਲਾਟਾਂ ਉੱਚੀਆਂ ਉੱਠ ਖਲੋਤੀਆਂ ਅਤੇ ਅੱਧ ਸੜੀਆਂ ਲੱਕੜਾਂ ਵਿੱਚੋਂ ਤੜਾਕੇ ਪੈ ਰਹੇ ਸਨ। ਕੋਈ 2 ਸਾਲ ਦੀ ਗੱਲ ਹੈ ਕਿ ਮੈਂ ਅਤੇ ਬਾਬਾ ਜੀ ਇੱਕ ਪਿੰਡੋਂ ਕਿਰਪਾਲੇ ਵਾਲੇ ਨੂੰ ਮੀਟਿੰਗ 'ਤੇ ਜਾ ਰਹੇ ਸਾਂ। ਉਦੋਂ ਬਾਬਾ ਜੀ ਦੇ ਵਰੰਟ ਨਿਕਲ ਚੁੱਕੇ ਸਨ। ਬਾਬਾ ਜੀ ਨੂੰ ਲਿਆਉਣ ਦੀ ਡਿਊਟੀ ਮੇਰੇ ਜ਼ਿੰਮੇ ਸੀ। ਇਹ ਇੱਕ ਚਾਨਣੀ ਰਾਤ ਦਾ 3 ਮੀਲ ਦਾ ਰੇਤਲਾ ਪੰਦ ਸੀ। ਰੁੱਤ ਵੀ ਸ਼ੁਰੂ ਚੇਤ ਦੀ ਸੀ। ਮੇਰੇ ਦਿਲ 'ਤੇ ਬਾਬਾ ਜੀ ਦੀ ਕੁਰਬਾਨੀ ਦਾ ਬੜਾ ਅਸਰ ਸੀ ਅਤੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਕੁਝ ਸਿੱਖਣਾ ਚਾਹੁੰਦਾ ਸੀ। ਮੈਂ ਬਾਬਾ ਜੀ ਦੀ ਆਪ ਬੀਤੀ ਸੁਣਨ ਲਈ ਪਿੰਡੋਂ ਬਾਹਰ ਨਿਕਲਦਿਆਂ ਹੀ ਸਵਾਲ ਕਰ ਦਿੱਤਾ, ਬਾਬਾ ਜੀ, ਹਰ ਘਟਨਾ ਦਾ ਖਾਸ ਕਾਰਨ ਹੁੰਦਾ ਹੈ, ਤੁਸੀਂ ਦੱਸੋ ਤੁਹਾਡੀ ਅਨਪੜ੍ਹ ਜ਼ਿੰਦਗੀ ਨੇ ਸਿਆਸੀ ਮੋੜਾ ਕਿਵੇਂ ਖਾਧਾ? ਮੈਂ ਕੁਝ ਸਿੱਖਣਾ ਚਾਹੁੰਦਾ ਹਾਂ, ਨਾਲੇ ਆਪਣੀ ਵਾਟ ਮੁੱਕ ਜਾਵੇਗੀ। ਬਾਬਾ ਜੀ ਹੱਸ ਪਏ ਅਤੇ ਮੇਰੇ ਸਵਾਲ 'ਤੇ ਪ੍ਰਸੰਨ ਵੀ ਹੋਏ। ਉਹਨਾਂ ਪਹਿਲੋਂ ਟਾਲਣ ਦਾ ਯਤਨ ਕੀਤਾ, ਮੈਂ ਵੀ ਅੜੀ ਫੜੀ ਰੱਖੀ ਅਤੇ ਅਖੀਰ ਬਾਬਾ ਜੀ ਦੱਸਣ ਲਈ ਮਜਬੂਰ ਹੋ ਗਏ। ਅੱਛਾ ਬਈ, ਉਹਨਾਂ ਲੰਮੀ ਅਤੇ ਧੌਲੀ ਦਾੜੀ ਖੁਰਕਦਿਆਂ ਆਖਣਾ ਸ਼ੁਰੂ ਕੀਤਾ, ਅਸਲ ਵਿੱਚ ਮੇਰੀ ਉਮਰ ਇੰਨੀ ਨਹੀਂ ਜਿੰਨੀ ਤੈਨੂੰ ਦੱਸਦੀ ਹੈ। ਮੇਰੀ ਮਾਂ ਛੋਟੇ ਹੁੰਦੇ ਨੂੰ ਦੱਸਦੀ ਹੁੰਦੀ ਸੀ ਕਿ ਮੇਰਾ ਉਸ ਸਾਲ ਦਾ ਜੰਮ ਹੈ ਜਿਸ ਸਾਲ ਮਲਿਕਾ ਵਿਕਟੋਰੀਆ ਮਰੀ ਸੀ। ਅੰਗਰੇਜ਼ ਦੀ ਜੇਲ੍ਹ ਨੇ ਛਿੱਟਿਆਂ ਕਰਕੇ ਬਾਬਾ ਬਣਾ ਦਿੱਤਾ। ਮੈਂ ਆਮ ਮੁੰਡਿਆਂ ਨਾਲੋਂ ਛੇਤੀ ਜਵਾਨੀ ਚੜ੍ਹ ਗਿਆ ਸੀ। ਉਸਦੀ ਖਾਸ ਵਜ੍ਹਾ ਸੀ ਸਾਡੇ ਪਿੰਡ ਦੇ ਸਰਦਾਰਾਂ ਨਾਲ ਸਿਰ ਲੱਤ ਦੁਸ਼ਮਣੀ। ਸਾਡੇ ਖਾਨਦਾਨ ਵਿੱਚ ਹਰੇਕ ਮੁੰਡੇ ਨੂੰ ਬੜਾ ਸਾਂਭਿਆ ਜਾਂਦਾ, ਕਿਤੇ ਸਰੀਰ ਦੀ ਕਮਜ਼ੋਰੀ ਖੁਣੋਂ ਬੰਦਾ ਨਾ ਮਾਰਿਆ ਜਾਵੇ। ਜਾਇਦਾਦ ਮੇਰੇ ਬਾਬੇ ਕੋਲ ਬਹੁਤ ਸੀ, ਜਿਹੜੀ ਮੁਕੱਦਮੇਬਾਜ਼ੀ ਵਿੱਚ ਬਾਰੂਦ ਵਾਂਗ ਉੱਡ ਰਹੀ ਸੀ। ਮੈਂ ਤੈਨੂੰ ਖੋਲ੍ਹ ਕੇ ਸਾਰੀ ਗੱਲ ਸੁਣਾਉਂਦਾ ਹਾਂ। ਹਾਂ ਠੀਕ ਬਾਬਾ ਜੀ, ਮੈਂ ਹੋਰ ਦਿਲਚਸਪੀ ਨਾਲ ਹੁੰਗਾਰਾ ਭਰਿਆ। ਮੇਰੇ ਪਿਤਾ ਹੋਰੀ 4 ਭਰਾ ਸਨ, ਸਾਰੇ ਹੀ ਸਾਨਾਂ ਵਰਗੇ ਨਰੋਏ। ਜਿੱਧਰ ਦੀ ਵੀ ਲੰਘਦੇ ਲੋਕ ਰਾਹ ਛੱਡ ਕੇ ਕੰਧੀ ਲੱਗ ਜਾਂਦੇ। ਅੱਗੇ ਸ਼ਰੀਕਾ ਵੀ ਕਹਿੰਦੇ ਕਹਾਉਂਦਿਆਂ ਸਰਦਾਰਾਂ ਨਾਲ। ਊਂ ਦੁਸ਼ਮਣ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ। ਸਾਡੀ ਦੁਸ਼ਮਣੀ ਦਾ ਮੁੱਢ ਸਰਦਾਰਾਂ ਦੀ ਘੋੜੀ ਸੀ, ਜਿਹੜੀ ਜੱਟਾਂ ਦੇ ਨਿਸਰੇ ਖੇਤਾਂ ਵਿੱਚ ਵੀ ਖੁੱਲ੍ਹੀ ਚਾਰਦੀ ਰਹਿੰਦੀ। ਮੇਰੇ ਦਾਦੇ ਨੇ ਇੱਕ ਦਿਨ ਸਰਦਾਰ ਨੂੰ ਆਖਿਆ, ਘੋੜੀ ਸਰਦਾਰ ਜੀ ਤੁਹਾਡੀ ਬਹੁਤ ਉਜਾੜਾ ਕਰਦੀ ਹੈ, ਨਾਲੇ ਪੈਲੀ ਸਿੱਟੇ ਕੱਢਦੀ ਹੈ, ਹੁਣ ਜ਼ਰੂਰ ਖੁੱਲ੍ਹੀ ਨਾ ਛੱਡਿਆ ਕਰੋ। ਸਰਦਾਰ ਨੇ ਇਸ ਉਲਾਂਭੇ ਨੂੰ ਆਪਣੇ ਰੋਹਬ ਦਾ ਨਿਰਾਦਰ ਸਮਝਿਆ। ਤੂੰ ਕੌਣ ਹੈ ਓਏ ਆਖਣ ਵਾਲਾ, ਘੋੜੀ ਇਸੇ ਤਰ੍ਹਾਂ ਖੁੱਲ੍ਹੀ ਫਿਰੇਗੀ। ਸਰਦਾਰ ਦੀ ਧੌਣ ਸਾਨੇ ਵਾਂਗ ਆਕੜੀ ਹੋਈ ਸੀ। ਮੇਰੇ ਦਾਦੇ ਨੂੰ ਬੜਾ ਗੁੱਸਾ ਆਇਆ, ਉਹ ਡੰਡਿਆਂ ਵਰਗੇ 4 ਪੁੱਤਰਾਂ ਦੇ ਹੁੰਦਿਆਂ ਕਿਵੇਂ ਬੇਇੱਜ਼ਤੀ ਕਰਵਾ ਲੈਂਦਾ। ਦਾਦਾ ਵੱਟ ਖਾ ਕੇ ਮੁੜ ਆਇਆ। ਅਸ ਮੇਰੇ ਤਾਏ ਅਤੇ ਇੱਕ ਚਾਚੇ ਨੂੰ ਨਾਲ ਲੈ ਕੇ ਬਾਹਰੋਂ ਘੋੜੀ ਨਰੜ ਲਈ। ਸਰਦਾਰ ਦਾ ਸੀਰੀ ਛੁਡਾਉਣ ਆਇਆ, ਚਾਚੇ ਨੇ ਉਸਦੇ 2 ਧੌਲਾਂ ਧਰ ਦਿੱਤੀਆਂ, ਘੋੜੀ ਦਾ ਮੂੰਹ ਬੰਨ ਦਿੱਤਾ। ਪੱਠੇ ਪਾਣੀ ਤਾਂ ਉਸਨੂੰ ਕਿਸ ਦੋਣੇ ਸੀ। ਸਰਦਾਰ ਨੂੰ ਵੀ ਖਬਰ ਹੋ ਗਈ, ਡਾਢਿਆਂ ਘੋੜੀ ਨੂੰ ਹੱਥ ਪਾ ਲਿਆ। ਸਰਦਾਰ ਨੇ 2 ਮੂੰਹ ਮੱਥੇ ਲੱਗਦੇ ਬੰਦਿਆਂ ਨੂੰ ਚਤਰਾਈ ਨਾਲ ਘੱਲਿਆ। ਮੇਰੇ ਦਾਦੇ ਉਹਨਾਂ ਨੂੰ ਆਖਿਆ, ਸਰਦਾਰ ਆਪ ਆ ਕੇ ਲੈ ਜਾਵੇ। ਸਰਦਾਰ ਨਾ ਆਇਆ। ਘੋੜੀ 3 ਦਿਨ ਸਾਡੇ ਘਰ ਬੰਨੀ ਤਾਂਬਾ ਹੋ ਗਈ। ਸਰਦਾਰ ਦਾ ਥਾਣੇਦਾਰ ਬੜਾ ਯਾਰ ਸੀ, ਉਸ ਪਿੰਡ ਆ ਕੇ ਵਿੱਚ ਪੈ ਕੇ ਘੋੜੀ ਮੁੜਵਾ ਦਿੱਤੀ, ਨਾਲੇ ਰਾਜ਼ੀਨਾਮਾ ਕਰਵਾ ਦਿੱਤਾ। ਘੋੜੀ ਫੜੀ ਜਾਣ ਨਾਲ ਸਰਦਾਰ ਨੇ ਸਮਝਿਆ ਇਲਾਕੇ ਵਿੱਚ ਨੱਕ ਵੱਢਿਆ ਗਿਆ, ਕਿੱਥੇ ਕੋਈ ਪਰਛਾਵਾਂ ਨਹੀਂ ਲੰਘਦਾ ਸੀ। ਉਸ ਰਾਜ਼ੀਨਾਮੇ ਨੂੰ ਭੁੱਲਦਿਆਂ ਥਾਣੇਦਾਰ ਦੀ ਰਾਏ ਨਾਲ ਮੇਰੇ ਚਾਚੇ ਨੂੰ ਚੋਰੀ ਦੇ ਕੇਸ ਵਿੱਚ ਫੜਾ ਦਿੱਤਾ। ਰੁਪਈਏ ਸਾਡੇ ਬੜੇ ਲੱਗੇ, ਪਰ ਅਸਾਂ ਚਾਚੇ ਨੂੰ ਜੇਲ੍ਹ ਹੋਣੋਂ ਬਚਾ ਲਿਆ।
चाचे के छुट्टन तो 2 दिन पिछों ही सरदार का लंगा डोरिया बना दिता। 15 दिन हस्पताल बिलकता रहा। चाचे के ताए उत्ते 26 फौजदारी का मुकदमा चल पिया। सरदार ने हस्पताल के दिनों च मेरे चाचे का कतल करवा दिता। उसका ख्याल सी एक तो चाचे के मुकदमे की पैरवी का रेड़का मुक जाएगा, दूजा हस्पताल में दाखिल होने करके उसनू कतल की जिमनी रिपोर्ट में भी नहीं लिखाएंगे। जेकर लिखाने की गलती की कतल के मुकदमे का भट्ठा बह जाएगा। दादे का कतल थानेदार के सलाह मशवरे नाल होया सी। गल की मेरे दादे के कातल बरी हो गए और चाचा ते ताया 9 ते 6 महीने की सज़ा खा गए। फिर बदला लैन की साड़ी वारी सी। इन्हां दिनां विच सरदार का यार थानेदार बदल गया ते मेरे बापू होरां सरदार टोक दिता। फिर मेरा ताया सरदार का भाई, मेरा चाचा ते सरदार का वड्डा लड़का वारी वारी कतल हुंदे गए। इस तरह 2 खानदानों के बंदियां अते धन वलों कुछ वरियां विच ही सत्यानाश पुटिया गया। सब तो अखीर मेरे बाप का कतल होया। उदों मेरी उम्र 17 वरियां की सी। उस साल ही मेरा विआह होया सी। दुश्मनी भुगतान लई मैं ते मेरा एक चाचा ही सिर कट रह गए। मेरी घरवाली ने मैनू समझाउण दा बड़ा यतन किया, पर मूह जोर जवानी ते बाप दे सजरे खून अगे जनानी दी मत की अहमियत रखदी सी। बाप दे कतल ने मैनू बेहद उदास कर दिता। उन्ना ही अंदर जोश अते गुस्सा रिज रहा सी। मेरियां अखां विच लहू उतर आया अते एक तड़के मैं गंडासा फड़ के सरदार दे छोटे मुंडे नू पै गया, जिहड़ा उम्र विचों मेरे नालों दूणा सी। मारदिआं कुदरती गंडासा पुट्ठा हो गया, पर वह बुरी तरह वड्डिआ गया। मुकदमा चलिआ, मैनू 3 साल सज़ा हो गई। 17 साल की उम्र विच ही मैनू हड्ड परे होण करके बालग ही समझा गया अते सामे बंदे जिन्नी ही कणक पीहण नू दित्ती जांदी। पटियाले की जेल में मैं पहली बार अपने विच नवीआं तब्दीलियां अनुभव कीतीआं। 12 ते 15 वरे दीआं लंबीआं कैदां विच सोहणे वन्नीआं जवानीआं नू तांबा बांधिआ तकिआ, बिना आदर्श दे फांसी चढ़दीआं रूहां नू भी नेड़े हो के वेख्या। जेल में कई बार आदमी निर्दयी अते हसियारा भी हो जाता है। बाबा दम लैण लई रुक गया। बाबा जी, ये मारखोरी दुश्मनी अज भी पिंडां चों नहीं निकलदी। गरीब लोग इस तों बड़े तंग हुंदे आ। तुसी इस दा की इलाज दसदे हो? मैं एक जरूरी सवाल कर दिता। लोकां, खासकर टुट रहे लोकां दीआं आपसी लड़ाइयां असल विच इनकलाब दी समुची ताकत नूं नष्ट कर रहीआं हन। लोकां नूं भैड़ी आर्थिकता दे कारणां दा अहसास करवाउणा चाहीदा है। एक भैड़े निज़ाम विच भुख, गरीबी, कले कलेश, चोरियां, बदमाशियां, डाके ते कतल आदि भैड़ियां वारदातां हुंदियां ही रहिंदियां हन। चंगी आर्थिक हालत विच वेल कढ के एक कामा सच्चारा इंसान बनन दा वी यतन करदा है। बिल्कुल ठीक, मैं लड़ी जुड़न लई हुंगारा भरिया। बाबे ने आप बीती अगे तोरी। 3 साल की कैद कट के जब मैं पिंड आया तद मैं वेख्या मेरा चाचा कबीलदारी दे भार हेठ दब के सरीके वलों काफ़ी खट्टा पै चुका सी। मैनू भी जापदा सी जिवें मैं अज हाँ जां पलक, क्योंकि मेरी जवानी ते अणख ही दुश्मनां दीआं अखां विच सेले चोब रहीआं सन। मैं भी सोचिया हुण गंडासे नाल बचा नहीं होना, डब दा हथियार पिस्तौल लैणा चाहीदा है। मैं पिस्तौल खरीदण दी मां नाल सलाह कीती और सगों होर ही सुनाया। बस बीबा, हुण नहीं सानू सरीका पुगदा, लै दे के तू ही तां 9 सस कोल रह गया है। तू कितें बाहर चलिया जा, असी आपे औखे सुखाले दिहाड़े कट लवांगियां। मैं माँ दे मूहों यह नसीहत सुन के बड़ा हैरान होया। अगे वह हर सकीम विच नाल हुंदी सी। मैं बहुत ही उदास ते मायूस हो गया। कंधा कौले वड़ वड़ खांदे, किते वड़ी रूह ना लगदी। मेरे कोलों एक तरह रोटी खानी भी छुट गई। मौत दा डर हमेशा हिक ते चढ़िया रहिंदा, नाल मरण वाले यार वेली भी कन्नी कतरा गए। बंदियां दी घाट अते रुपईए पैसे वलों घर असलों कुंजलिया गया सी। हल्ला शेरी तां किते मैनू कोई हौसला देण वाला भी नहीं रहा सी। एक रात मेरी घरवाली ने डरदिआं डरदिआं कहा, इस तरह दिहाड़े किन्ना कु चिर लंघनगे, तुसीं कुछ तां सोचो। मरना तां है ही, पर मैं एक दोहां नूं रंडियां करी खड़ा है। लोड़ा मां तुहाड़ियां किन्नियां मिहनतां करदी है, उसदा तुहाड़े बिना संसार विच कौण है। नाले मेरा, हाड़े रब दे वास्ते साड़ी मन लै
तू ਜਿਉਂਦਾ ਰਹਿ ਭਾਵੇਂ ਸਾਡੀਆਂ ਅੱਖਾਂ ਤੋਂ ਦੂਰ ਹੀ ਰਹਿ। ਉਸ ਦਾ ਆਪਾ ਕੰਬੀ ਜਾ ਰਿਹਾ ਸੀ ਅਤੇ ਉਹ ਇੱਕ ਤਰਲੇ ਵਿੱਚ ਖਤਮ ਹੁੰਦੀ ਜਾ ਰਹੀ ਸੀ। ਸਰੀ ਕੀ ਆਖਣਗੇ, ਡਰ ਦਾ ਪਿੰਡ ਛੱਡ ਗਿਆ ਏ, ਉਹ ਜਾਣੇ ਕਹਿ ਲੈਂਦੇ। ਅਸੀਂ ਸਰੀਕਾਂ ਦੀ ਜ਼ਬਾਨ ਨਹੀਂ ਫੜ ਲੈਣੀ, ਉਹਨਾਂ ਦਾ ਕੀ ਜਾਂਦਾ ਏ ਗੱਲਾਂ ਬਣਾਉਂਦਿਆਂ ਦਾ, ਸੁਹਾਗ ਭਾਗ ਤਾਂ ਸਾਡਾ ਲੁੱਟੀਦਾ ਏ। ਉਸ ਦੀਆਂ ਅੱਖਾਂ 'ਚੋਂ ਹੰਝੂਆਂ ਦੀਆਂ ਕਰਾਲਾਂ ਵਹਿ ਤੁਰੀਆਂ ਅਤੇ ਉਸ ਮੂੰਹ ਦੂਜੇ ਬੰਨੇ ਕਰਕੇ ਨੱਕ ਸੁਣਕ ਦਿੱਤਾ। ਇਹ ਕਿਵੇਂ ਹੋ ਸਕਦਾ ਏ, ਮੈਂ ਬੁਸ਼ਦਿਲਾ ਵਾਂਗ ਪਿੰਡੋਂ ਨਿਕਲ ਜਾਵਾਂ, ਮੈਨੂੰ ਬਾਪੂ ਅਤੇ ਦਾਦਾ ਬੜੀ ਸ਼ਾਬਾਸ਼ ਦੇਣਗੇ। ਮੇਰੇ ਅੰਦਰਲੇ ਕਾਂਬੇ ਨੂੰ ਬਾਹਰਲੇ ਰੂਹ ਅਤੇ ਜੋਸ਼ ਘੁੱਟ ਲੈਣਾ ਚਾਹੁੰਦੇ ਸਨ। ਜੇ ਤੂੰ ਕੋਈ ਕਾਰਾਕਾਰ ਨੂੰ ਨਹੀਂ ਟਲਦਾ ਪਹਿਲਾਂ ਸਾਨੂੰ ਮੁਕਾ ਦੇ, ਸਾਡੀ ਨਾ ਰੱਤ ਸੁਕਾ ਹੌਂਕਿਆਂ 'ਚ। ਉਸ ਨੇੜੇ ਹੁੰਦਿਆਂ ਮੇਰਾ ਹੱਥ ਫੜ ਲਿਆ, ਮੈਂ ਉਸਦੇ ਗੁੱਸੇ ਵਿੱਚ ਚਪੇੜ ਧਰ ਦਿੱਤੀ। ਉਸ ਵਾਸਤੇ 'ਚ ਬੁਸਕਦਿਆਂ ਮੇਰੇ ਦੋਵੇਂ ਹੱਥ ਫੜ ਲਏ, ਫਿਰ ਘੁੱਟ ਲਏ। ਰੂਹ ਜੋਸ਼ ਅਤੇ ਗੁੱਸਾ ਅੰਦਰਲੇ ਕਾਂਬੇ ਅੱਗੇ ਪਾਣੀ ਦੇ ਲੂਣ ਵਾਂਗ ਖੁਰ ਗਏ। ਮੈਂ ਪਲ ਪਲ ਦਰਬਦਾ ਗਿਆ, ਪੰਗਰਦਾ ਗਿਆ, ਉਸ ਮੇਰੇ ਹੱਥਾਂ ਨੂੰ ਕਾਤਲ ਹੋਣੋਂ ਬਚਾ ਲਿਆ। ਉਹ ਸਾਰੀ ਰਾਤ ਹਫਕੀ ਹਫਕੀ ਰੋਂਦੀ ਰਹੀ। ਰੱਬ ਤੋਂ ਵੀ ਨੇੜੇ ਮੇਰਾ ਪਹਿਲਾ ਅਤੇ ਸੱਚਾ ਹਮਦਰਦ ਮੇਰੀ ਘਰਵਾਲੀ ਸੀ। ਮੈਨੂੰ ਪਿੱਛੋਂ ਪਤਾ ਲੱਗਾ ਮੇਰੀ ਮਾਂ ਦੇ ਖਿਆਲ ਪਲਟ ਦੇਣ ਵਾਲੀ ਬਿਸ਼ਨੋਈ ਹੈ। ਉਸ ਸਪੀਚ ਇੱਥੇ ਆਈ ਸੀ ਕਿ ਲੋਕਾਂ 'ਚੋਂ ਇੱਕ ਨਾਰਾ ਗੂੰਜਿਆ, ਮਾਤਾ ਵਿਸ਼ਨੂੰ ਜਿੰਦਾਬਾਦ। ਬਾਬਾ ਜੀ ਨੇ ਦੱਸਿਆ, ਕਿਸਾਨ ਆਗੂ ਨੇ ਫਿਰ ਬੋਲਣਾ ਸ਼ੁਰੂ ਕੀਤਾ, ਮਾਂ ਦੀਆਂ ਮਿੰਨਤਾਂ ਅਤੇ ਘਰਵਾਲੀ ਦੇ ਤਰਲਿਆਂ ਨੇ ਮੈਨੂੰ ਮੇਰੇ ਮਾਰੂ ਇਰਾਦਿਆਂ ਤੋਂ ਰੋਕ ਲਿਆ। ਮੈਂ ਸੋਚਿਆ ਮੇਰੀ ਮੌਤ ਪਿੱਛੋਂ ਦੋ ਮਜ਼ਲੂਮ ਔਰਤਾਂ ਦਾ ਕੀ ਬਣੇਗਾ। ਆਪਣੇ ਅਨੁਭਵ ਵਿੱਚ ਉਹਨਾਂ ਦੀ ਸਰੀਕੇ ਕਬੀਲੇ ਵਿੱਚ ਹੋਣ ਵਾਲੀ ਦੁਰਦਸ਼ਾ ਤੱਕ ਕੇ ਮੇਰੇ ਇਰਾਦੇ ਰੇਤੇ ਦੀ ਪੰਡ ਵਾਂਗ ਢਿੱਲੇ ਪੈ ਗਏ। ਮੇਰੇ ਲਈ ਆਪਣੇ ਨਾਲੋਂ ਉਹਨਾਂ ਦੀ ਖਾਤਰ ਜਿਉਂਦਾ ਰਹਿਣਾ ਜ਼ਰੂਰੀ ਹੋ ਗਿਆ, ਪਰ ਉਦਾਸੀ ਨੇ ਮੈਨੂੰ ਪਿੰਜ ਕੇ ਰੱਖ ਦਿੱਤਾ। ਅੱਜ ਮੈਂ ਸਮਝਦਾ ਹਾਂ ਜ਼ਿੰਦਗੀ ਨੂੰ ਠੀਕ ਆਦਰਸ਼ਕ ਪਹਿਲੂ ਤੋਂ ਸੋਚਣ ਵਾਲੀ ਘੜੀ ਮੇਰੀ ਸਾਥਣ ਨੇ ਪੈਦਾ ਕੀਤੀ। ਔਰਤ ਜ਼ਿੰਦਗੀ ਨੂੰ ਸਾਡੇ ਨਾਲੋਂ ਬਹੁਤਾ ਮਹਿਸੂਸ ਕਰਦੀ ਹੈ, ਕਿਉਂਕਿ ਉਹ ਹਮੇਸ਼ਾ ਮਜ਼ਲੂਮ ਰਹੀ ਹੈ। ਅੱਜ ਵੀ ਮੈਂ ਇਸਤਰੀ ਦੇ ਰੂਪ ਮਾਂ, ਵਹੁਟੀ ਅਤੇ ਧੀ ਲਈ ਲੁੱਛ ਰਿਹਾ ਹਾਂ, ਤਰਸ ਰਿਹਾ ਹਾਂ। ਇੱਥੇ ਆ ਕੇ ਬਾਬਾ ਜੀ ਦਾ ਗਲਾ ਭਰ ਆਇਆ, ਉਹ ਦੋ ਖੇਤ ਕੁਝ ਨਾ ਬੋਲ ਸਕੇ ਅਤੇ ਮੇਰੀ ਹਮਦਰਦੀ ਨੂੰ ਵੀ ਸ਼ਬਦ ਨਾ ਮਿਲੇ। ਸਾਰੇ ਰਾਹ ਸਾਨੂੰ ਕੋਈ ਨਹੀਂ ਮਿਲਿਆ ਸੀ, ਅਸੀਂ ਦਰਮਿਆਨੀ ਚਾਲ ਤੁਰ ਗਏ। ਮੇਰੀ ਜ਼ਿੰਦਗੀ, ਮਾਂ, ਘਰਵਾਲੀ ਅਤੇ ਧੀ ਮੇਰੇ ਕਾਰਨ ਮਜ਼ਲੂਮ ਬਣੀਆਂ ਰਹੀਆਂ। ਮੈਂ ਇੱਕੋ ਇੱਕ ਧੀ ਨੂੰ ਵੀ ਪਿਤਾ ਵਾਂਗ ਪਿਆਰ ਨਾ ਦੇ ਸਕਿਆ, ਇਸ ਦੀ ਵੇਲ ਹੀ ਕਦੋਂ ਸੀ। ਫਿਰ ਬਾਬਾ ਜੀ ਨੇ ਆਪ ਹੀ ਆਪਣੇ ਜਜ਼ਬਾਤ 'ਤੇ ਕਾਬੂ ਪਾ ਲਿਆ ਅਤੇ ਕਹਾਣੀ ਅੱਗੇ ਤੋਰੀ। ਘਰੋਂ ਮੈਂ ਪੁੱਤਰਾ ਨਿਕਲ ਤੁਰਿਆ ਜੀ ਭਿਆਣਾ, ਜੇਬ ਵਿੱਚ ਮੇਰੇ ਕੁੱਲ 5 ਰੁਪਏ, ਚੰਗੀ ਚੰਗੀ ਜ਼ਮੀਨ ਗਹਿਣੇ ਪੈ ਚੁੱਕੀ ਸੀ, ਥੋੜ੍ਹੀ ਬਹੁਤ ਮਾਰੂ ਜਾਂ ਬੰਜਰ ਰਹਿੰਦੀ ਸੀ। ਘਰ ਗੁਜ਼ਾਰਾ ਕੋਈ ਚੰਗਾ ਨਹੀਂ ਹੋ ਰਿਹਾ ਸੀ। ਅਜਿਹੀ ਹਾਲਤ ਵਿੱਚ ਮੈਂ ਘਰ ਨੂੰ ਛੱਡ ਕੇ ਬਿਨਾਂ ਕਿਸੇ ਮਕਸਦ ਜਾਂ ਨਿਸ਼ਾਨਾ ਤਾਰੇ ਰੇਲ ਦੇ ਸਫ਼ਰ ਨੂੰ ਤੁਰ ਪਿਆ। ਰਾਹ ਵਿੱਚ ਸੋਚਦਾ ਸੀ ਕਿੱਥੇ ਜਾਵਾਂ, ਨਾਨਕੀ ਜਾਂ ਕਿਤੇ ਹੋਰ, ਕੁਝ ਵੀ ਨਹੀਂ ਸੀ ਸੋਚਦਾ। ਪਿੰਡੋਂ ਰੇਤ ਦਾ ਸਟੇਸ਼ਨ 2 ਕੁ ਮੀਲ ਸੀ। ਖੂੰਡਾ ਮੇਰੇ ਹੱਥ ਵਿੱਚ ਅਤੇ ਨੀਲਾ ਚਾਦਰਾ ਸਿਰ 'ਤੇ ਰੱਖਿਆ ਹੋਇਆ ਤਾਂ ਜੋ ਥੋੜ੍ਹੇ ਕੀਤਿਆਂ ਪਛਾਣਿਆ ਵੀ ਨਾ ਜਾ ਸਕਾਂ। ਰਾਹ ਵਿੱਚ ਮੈਨੂੰ ਸ਼ਹਿਰੋਂ ਆਉਂਦਾ ਆਪਣੇ ਪਿੰਡ ਦਾ ਇੱਕ ਆਦਮੀ ਮਿਲ ਪਿਆ। ਸੁਣਾ ਬਈ ਕਰਮਿਆ, ਜੈਤੋ ਚੱਲਿਆ ਏ? ਉਸ ਉੱਤੇ ਹੀ ਪੁੱਛਿਆ, ਕਿਉਂ ਜੈਤੋ ਕੀ ਹੈ? ਵਾਹ ਯਾਰ, ਤੈਨੂੰ ਨਹੀਂ ਪਤਾ, ਕਾਲੀਆਂ ਉੱਥੇ ਮੋਰਚਾ ਗੜ ਦਿੱਤਾ ਹੈ। ਉੜਦੀ ਖਬਰ ਸੁਣੀ ਹੈ ਬਈ ਗੌਰਮੈਂਟ ਨੇ ਗੋਲੀ ਚਲਾ ਦਿੱਤੀ, ਪਰ ਲੋਕਾਂ ਦਾ ਵਹੀਰ ਫਿਰ ਵੀ ਤੁਰਿਆ ਹੀ ਜਾਂਦਾ ਹੈ। ਅੱਛਾ, ਮੈਂ ਉੱਥੇ ਹੀ ਪਹਿਲੋਂ ਜੈਤੋ ਦਾ ਮਨ ਬਣਾ ਲਿਆ। ਮੇਰੀ ਜ਼ਿੰਦਗੀ ਨੂੰ ਸਿਆਸੀ ਮੋੜ ਦੇਣ ਵਾਲੀ ਇਹੀ ਸਿੱਧੀ ਸਾਦੀ ਗੱਲ ਹੈ, ਮੈਂ ਕਦੇ ਨਹੀਂ ਭੁੱਲ ਸਕਾਂਗਾ। ਜੈਤੋ ਚੱਲਿਆ ਏ?